ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸਹood ਪੰਜਾਬੀ ਰੇਡੀਓ ਯੂਐਸਏ ਦੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਪਾਕਿਸਤਾਨ 'ਚ 8 ਫਰਵਰੀ ਹੋ ਚੁੱਕੀ ਹੈ ਤੇ ਹੁਣ ਤੋਂ ਕੁਝ ਘੰਟੇ ਬਾਅਦ ਪਾਕਿਸਤਾਨ 'ਚ ਲੋਕ ਆਪਣੇ ਵੋਟ ਦਾ ਹੱਕ ਵਰਤਣ ਜਾ ਰਹੇ ਨੇ ਪਾਕਿਸਤਾਨ 'ਚ ਇਹ 12ਵੀਆਂ ਆਮ ਚੋਣਾਂ ਹੋਣਗੀਆਂ 25 ਕਰੋੜ ਦੀ ਆਬਾਦੀ ਦੇ ਇਸ ਮੁਲਕ 'ਚ ਅੱਧੀ ਤੋਂ ਬਹੁਤੀ ਆਬਾਦੀ ਵੋਟਰ ਰਜਿਸਟਰਡ ਹੈ ਜਿਨ੍ਹਾਂ ਦੀ ਗਿਣਤੀ 13 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਇਹ 13 ਕਰੋੜ ਲੋਕ ਅੱਜ ਆਪਣੇ ਵੋਟ ਦੀ ਵਰਤੋਂ ਕਰਨਗੇ ਆਪਣੇ ਵੋਟ ਦਾ ਹੱਕ ਅਦਾ ਕਰਨਗੇ ਤੇ ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਕਰਨਗੇ ਪਾਕਿਸਤਾਨ ਪਰ ਦੇ ਵਿੱਚ ਕੌਮੀ ਅਸੈਂਬਲੀ ਅਤੇ ਸੂਬਾਈ ਅਸੈਂਬਲੀ ਦੇ 17 ਹਜ਼ਾਰ ਉਮੀਦਵਾਰ ਚੋਣਾਂ ਚ ਹਿੱਸਾ ਲੈ ਰਹੇ ਨੇ ਇਲੈਕਸ਼ਨ ਆਪਣੇ ਪੂਰੇ ਜ਼ੋਰਾਂ ਤੇ ਹੈ ਯਾਨੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਨੈਸ਼ਨਲ ਅਸੈਂਬਲੀ ਵਾਸਤੇ ਹਰੇ ਰੰਗ ਦੀ ਪਰਚੀ ਤੇ ਸੁਬਾਈ ਅਸੈਂਬਲੀ ਵਾਸਤੇ ਚਿੱਟੇ ਰੰਗ ਦੀ ਪਰਚੀ ਵਰਤੀ ਜਾ ਰਹੀ ਹੈ। ਪਾਕਿਸਤਾਨ ਦੇ ਚਾਰ ਸੂਬਿਆਂ ਦੇ ਵਿੱਚ ਇਹ ਚੋਣਾਂ ਹੋਣ ਜਾ ਰਹੀਆਂ ਨੇ। ਹੁਣ ਤੋਂ ਕੁਝ ਘੰਟੇ ਬਾਅਦ ਯਾਨੀ ਪਾਕਿਸਤਾਨ 'ਚ ਸਵੇਰੇ 8 ਵਜੇ ਇਹ ਚੋਣਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇੱਥੇ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਦੇਈਏ ਕਿ ਕੱਲ ਰਾਤੀ ਪਾਕਿਸਤਾਨ ਦੇ ਸੂਬੇ بلوچستان ਦੇ ਵਿੱਚ ਅਗੜ ਪਿੱਛੜ ਦੋ ਬੰਬ ਧਮਾਕੇ ਹੋਏ। ਜਿਨ੍ਹਾਂ ਦੇ ਵਿੱਚ ਹੁਣ ਤੱਕ ਦੀਆਂ ਇਤਲਾਮਾਂ ਮੁਜਬ 28 ਲੋਕ ਮਰ ਚੁੱਕੇ ਨੇ ਤੇ 23 ਲੋਕ ਫੱਟੜ ਹੋਏ ਨੇ ਪਾਬੰਦੀ ਲੱਗੀ ਤਨਜ਼ੀਮ ਦਾਸ਼ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲ ਕਰ ਲਈ ਹੈ ਆਖਿਆ ਜਾ ਰਿਹਾ ਹੈ ਕਿ ਆਜ਼ਾਦ ਉਮੀਦਵਾਰ ਦੇ ਪੋਲਿੰਗ ਸਟੇਸ਼ਨ ਤੇ ਇਹ ਬੰਬ ਧਮਾਕੇ ਹੋਏ ਨੇ ਜਿੱਥੇ ਇਹ ਲੋਕ ਬੈਠੇ ਸਨ ਜੋ ਮਾਰੇ ਗਏ ਨੇ ਤੇ ਫੱਟੜ ਹੋਏ ਨੇ ਪਹਿਲੇ ਧਮਾਕੇ ਦੇ ਵਿੱਚ 14 ਲੋਕ ਮਾਰੇ ਤੇ ਦੂਸਰੇ ਧਮਾਕੇ ਦੇ ਵਿੱਚ 28 ਲੋਕ ਮੋਏ ਨੇ ਤੇ 23 ਤੋਂ ਵੱਧ ਲੋਕ ਅਜੇ ਵੀ ਫਟਰਨੇ ਦਾਸ਼ਤੰਜ਼ੀਮ ਨੇ ਬਕਾਇਦਾ ਤੌਰ ਤੇ ਇਹਨਾਂ ਤਮਾਕਿਆਂ ਦੀ ਜ਼ਿੰਮੇਵਾਰੀ ਕਬੂਲ ਕਰ ਲਈ ਹੈ ਚੋਣਾਂਵਾਲ ਦੁਬਾਰਾ ਵਧਿਏ ਤੇ ਮੁਲਕ ਭਰ ਦੇ ਵਿੱਚ ਬੈਲਟ ਪੇਪਰ ਤੇ ਬੈਲਟ ਬਾਕਸ અપੜਾ ਦਿੱਤੇ ਗਏ ਨੇ ਯਾਨੀ ਸਭ ਇੰਤਜ਼ਾਮ ਮੁਕੰਮਲ ਕਰ ਲਏ ਗਏ ਨੇ ਸਿਕਿਉਰਿਟੀ ਦੇ ਇੰਤਜ਼ਾਮ ਦੀ ਗੱਲ ਕਰੀਏ ਤੇ ਸਿਕਿਉਰਿਟੀ ਪਰਵੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕੁਝ ਹਲਕਿਆਂ ਨੂੰ ਇੰਤਹਾਈ ਹਸਾਸ ਕਰਾਰ ਦਿੱਤਾ ਗਿਆ ਸੀ ਯਾਨੀ ਖਤਰਾ ਬਹੁਤਾ ਦੱਸਿਆ ਗਿਆ ਸੀ ਉੱਥੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ ਇਸ ਤੋਂ ਅੱਡ ਪੁਲਿਸ ਦੀਆਂ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਨੇ ਤੇ ਅੱਡੋ ਅੱਡ ਪੋਲਿੰਗ ਸਟੇਸ਼ਨ ਤੇ ਸਭ ਦੀ ਡਿਊਟੀ ਲਾਈ ਗਈ ਹੈ ਪੋਲਿੰਗ ਸਟੇਸ਼ਨ ਤੇ ਸਿਕਿਉਰਿਟੀ ਤਿੰਨ ਤਰ੍ਹਾਂ ਦੀ ਦਿੱਤੀ ਗਈ ਹੈ ਯਾਨੀ ਪਹਿਲੀ ਤੇ ਪਾਕਿਸਤਾਨੀ ਪੁਲਿਸ ਹੀ ਹੋਏਗੀ ਦੂਜੀ ਫੌਜ ਅਤੇ ਤੀਜੀ ਰੇਂਜਰ ਹੋਏਗੀ ਪਹਿਲਾ ਕੰਟਰੋਲ ਤੇ ਪੁਲਿਸ ਕੋਲ ਹੀ ਹੋਏਗਾ ਜਿੱਥੇ ਫੌਜ ਕੋਲੋਂ ਮਦਦ ਲਈ ਜਾਏਗੀ ਪਰ ਜੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਜਾਣਗੇ ਤੇ ਰੈਂਜਰਸ ਆਪਣੀ ਡਿਊਟੀ ਨਿਭਾਏਗੀ ਇਲੈਕਸ਼ਨ ਕਮਿਸ਼ਨ ਵੱਲੋਂ ਜਿੰਨਾ ਪੋਲਿੰਗ ਸਟੇਸ਼ਨ ਨੂੰ ਖਤਰਨਾਕ ਅਤੇ ਹਸਾਸ ਆਖਿਆ ਗਿਆ ਹੈ ਉਹਨਾਂ ਦੇ ਬਾਰੇ ਪਹਿਲੋਂ ਹੀ ਸਿਕਿਉਰਿਟੀ ਅਦਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਹੁਣ ਤੋਂ ਕੁਝ ਘੰਟੇ ਬਾਅਦ ਯਾਨੀ 8 ਵਜੇ ਇਹ ਚੋਣਾਂ ਸ਼ੁਰੂ ਹੋ ਜਾਣਗੀਆਂ ਤੇ ਸ਼ਾਮ 5 ਵਜੇ ਤੱਕ ਬਗੈਰ ਕਿਸੇ ਵਕਫੇ ਤੋਂ ਚੱਲਦੀਆਂ ਰਹਿਣਗੀਆਂ ਇਥੇ ਆਪਣੇ ਸੁਨਣ ਅਤੇ ਵੇਖਣ ਵਾਲਿਆਂ ਨੂੰ ਇਹ ਵੀ ਦੱਸ ਦੇ ਜਾਈਏ ਕਿ ਪਾਕਿਸਤਾਨ ਚ ਬਹੁਤ ਸਾਰੇ ਇਲਾਕੇ ਅਜੇ ਦੇ ਵੀ ਨੇ ਜਿੱਥੇ ਅਜੇ ਵੀ ਜਨਾਨੀਆਂ ਨੂੰ ਵੋਟ ਕਾਸਟ ਕਰਨ ਦੀ ਇਜਾਜ਼ਤ ਨਹੀਂ ਹੈ ਇਹ ਪੰਜਾਬ ਦਾ ਜ਼ਿਲ੍ਹਾ ਤਲਾਕ ਕੰਗ ਹੈ ਜਿਹੜਾ ਕਿ ਅਟਕ ਦੇ ਬਿਲਕੁਲ ਨਾਲ ਜੁੜਦਾ ਹੈ ਤਲਾਕ ਕੰਗ ਦਾ ਇੱਕ ਪਿੰਡ ਹੈ ਤਰਨਾਲ ਜਿੱਥੇ ਅਜੇ ਵੀ ਜਨਾਨੀਆਂ ਨੂੰ ਇਜਾਜ਼ਤ ਨਹੀਂ ਕਿ ਉਹ ਵੋਟ ਕਾਸਟ ਕਰਨ ਜੀ ਬਿਲਕੁਲ ਪਾਕਿਸਤਾਨ ਚ ਇਹ ਵੀ ਰੰਗ ਤੁਹਾਨੂੰ ਲੱਭਣਗੇ ਕਿ ਜਨਾਨੀਆਂ ਨੂੰ ਪਾਕਿਸਤਾਨ ਬਨਨ ਤੋਂ ਐਨੇ ਸਾਲ ਬਾਅਦ ਵੀ ਆਪਣਾ ਵੋਟ ਦਾ ਹੱਕ ਅਦਾ ਕਰਨ ਦੀ ਇਜਾਜ਼ਤ ਨਹੀਂ ਹੈ। ਇਹਦੇ ਨਾਲ ਨਾਲ ਇਹ ਖਬਰਾਂ ਵੀ ਲੱਭ ਰਹੀਆਂ ਨੇ ਕਿ ਪਾਕਿਸਤਾਨ ਚ ਚੋਣਾਂ ਵਾਲੇ ਦਿਨ ਇੰਟਰਨੈਟ ਅਤੇ ਮੋਬਾਈਲ ਸਰਵਿਸ ਬੰਦ ਕਰ ਦਿੱਤੀ ਜਾਏਗੀ। ਪਰ ਨਿਗਰਾਨ ਸਰਕਾਰ ਨੇ ਇਹ ਬਾਜ਼ਿਆ ਕਰ ਦਿੱਤਾ ਹੈ ਕਿ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਏਗੀ ਬਲਕਿ ਇੰਟਰਨੈਟ ਅਤੇ ਮੋਬਾਈਲ ਸਰਵਿਸ ਪੂਰਾ ਦਿਨ ਔਨ ਰਹੇਗੀ। हां जे किसी ਥਾਂ ਤੇ ਖਾਸ ਤੌਰ ਤੇ ਅਰਜ਼ੀ ਆਉਂਦੀ ਏ ਤੇ ਸਰਵਿਸ ਬੰਦ ਕਰ ਦਿੱਤੀ ਜਾਏਗੀ ਪਾਕਿਸਤਾਨੀ ਮੀਡੀਆ ਨੂੰ ਆਖਿਆ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਕਾਲੀ ਨਾ ਕੀਤੀ ਜਾਏ ਮੁਕੰਮਲ ਕਵਰੇਜ ਦੇ ਨਾਲ-ਨਾਲ ਸ਼ਾਮ 6 ਵਜੇ ਤੋਂ ਪਹਿਲੇ ਕੋਈ ਵੀ ਮੀਡੀਆ ਗੈਰ ਹਤਮੀ ਨਤੀਜਾ ਦੇਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਾਕਿਸਤਾਨੀ ਚੈਨਲ ਬ੍ਰੇਕਿੰਗ ਨਿਊਜ਼ ਦੇ ਚੱਕਰ 'ਚ ਇੱਕ ਦੂਜੇ ਤੋਂ ਅੱਗੇ ਨਿਕਲਣ ਵਾਸਤੇ 5 ਵਜੇ ਹੀ ਸ਼ੁਰੂ ਹੋ ਜਾਂਦੇ ਸਨ ਪਰ ਹੁਣ ਸਖਤੀ ਨਾਲ ਮਨਾ ਕੀਤਾ ਗਿਆ ਹੈ ਕਿ ਸ਼ਾਮ 6 ਵਜੇ ਤੋਂ ਪਹਿਲਾਂ ਕੋਈ ਵੀ ਮੀਡੀਆ ਕਵਰੇਜ ਲਾਈਵ ਨਾ ਕਰੇ ਹਾਂ ਮੀਡੀਆ ਵਰਕਰ ਉਥੇ ਹੋ ਰਹੀਆਂ ਚੋਣਾਂ ਬਾਰੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਨੇ ਤੇ ਉਥੋਂ ਦੀ ਕਵਰੇਜ ਕਰ ਸਕਦੇ ਨੇ ਪਰ ਗਿਣਤੀ ਦੇ ਅੰਮਲ ਨੂੰ ਮੁਕੰਮਲ ਹੋਣ ਤੋਂ ਬਾਅਦ 6 ਵਜੇ ਬ੍ਰੇਕਿੰਗ ਦਿੱਤੀ ਜਾਏਗੀ ਇਹ ਇੱਕ ਵਾਰ ਫਿਰ ਪੰਜਾਬੀ ਰੇਡੀਓ ਯੂਐਸਏ ਦੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਦੱਸ ਜਿਏ ਕਿ ਪਾਕਿਸਤਾਨ ਜੋ ਹੁਣ ਤੋਂ ਕੁਝ ਚਿਰ ਬਾਅਦ ਚੋਣਾਂ ਵਾਲਾ ਕੰਮ ਸ਼ੁਰੂ ਹੋ ਜਾਏਗਾ ਤੇ ਮੁਲਕ ਦੀ ਕਿਸਮਤ ਦਾ ਫੈਸਲਾ ਸ਼ਾਮੀ 6 ਵਜੇ ਤੋਂ ਬਾਅਦ ਸੁਨਾਇਆ ਜਾਏਗਾ ਇਥੇ ਇਸ ਗੱਲ ਨੂੰ ਇੱਕ ਵਾਰੀ ਫੇਰ ਛੇੜ ਦੇਨੇ ਹਾਂ ਕਿ ਚੋਣਾਂ ਤੋਂ ਪਹਿਲੋ ਕਈ ਪਾਰਟੀਆਂ ਨੂੰ ਚੰਗਾ ਨਵਾਜਿਆ ਗਿਆ ਤੇ ਕਈ ਨੂੰ ਨੁਕਰੇ ਲਾ ਦਿੱਤਾ ਗਿਆ ਫੇਰ ਵੀ ਜਿੱਤ ਹਾਰ ਤੇ ਰੱਬ ਦੇ ਹੱਥ ਹੈ ਇਹ ਫੈਸਲਾ ਆਮ ਆਦਮੀ ਦੇ ਵੋਟ ਨੇ ਕਰਨਾ ਹੈ ਕਿ ਉਹ ਕਿਹਨੂੰ ਆਪਣਾ ਲੀਡਰ ਮੰਨਦੇ ਨੇ ਅਪਡੇਟ ਪਾਕਿਸਤਾਨ ਚ ਹੁਣ ਤੱਕ ਲਈ ਐਨਾ ਹੀ ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ ਯੂ ਐਸ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਮੈਨੂੰ ਪ੍ਰਵੀਨ ਮਸੂਦ ਨੂੰ ਦਿਈ ਇਜਾਜ਼ਤ ਰੱਖਿਆ